करके डिप नहीं की थी। बहुत तेज हवा यार, बहुत ज़्यादा तेज है। तेरा पला हो जाए स्वागत एक नवे ब्लॉग दे विच। पताया सिटी दे विच आपां खड़े हां जी। इधर हैगा जी हिल्टन होटल, और या हिल्टन ते ए सीगा साडा गोल्डन बीच। ते अज असी जा रहे हां जी कोरल आइलैंड। बहुत ही सोहना क्रिस्टल क्लीयर वाटर है उहदा, ते धुप बहुत तेज हो गई है। ते इहो जी है जी थाईलैंड दी करंसी। इहो जे नोट हुंदे आ जी 1000 दा, 500 दा, 200 दा, 20 दा। ते इहो जी थाईलैंड दी करंसी। जिहड़े 20 वाले आ इह हैगे जी प्लास्टिक दे नोट, बाकी दा अपने इंडियन गू कागज़ ते आ। ਇਹੋ ਜਿਹਾ ਸਾਡਾ ਹੋਟਲ ਤੋਂ ਬਾਅਦ ਦਾ ਦ੍ਰਿਸ਼ ਹੈ। ਅਤੇ ਬੱਸਾਂ ਆ ਗਈਆਂ ਜਿੱਦਾਂ ਵੱਡੇ, ਉਹ ਹੈਗਾ ਪੂਲ, ਅੱਜ ਦੇਖਾਂਗੇ ਪੂਲ 'ਚ ਵੀ ਨਹਾਵਾਂਗੇ। ਅਤੇ ਇਹੋ ਜਿਹੀ ਸਿਟੀ ਹੈ ਜੀ ਪਤਾਇਆ, ਬਹੁਤ ਸੋਹਣੀ ਸਿਟੀ ਹੈ। ਅਤੇ ਰਾਤ ਨੂੰ ਪੂਰਾ ਐਨ ਜਗਦੀ ਹੈ ਸਿਟੀ। ਅਤੇ ਉਹ ਇੱਥੋਂ ਸਾਡੇ ਬੀਚ ਬਿਲਕੁਲ ਨਾਲ ਹੀ ਹੈ। ਅੱਜ ਆਪਾਂ ਜਾਵਾਂਗੇ ਬੀਚ ਸਾਈਡ। ਟਾਈਮ ਹੋ ਚੁੱਕਾ 8:30-9 ਹੋ ਚੁੱਕਿਆ, 9 ਦਾ ਟਾਈਮ ਸੀਗਾ। ਆਪਾਂ ਕਰਦੇ ਹਾਂ ਬ੍ਰੇਕਫਾਸਟ ਅਤੇ ਚੱਲਦੇ ਹਾਂ ਜਲਦੀ। ਅਤੇ ਇਹ ਸੀਗੀ ਸਾਡੀ ਬਾਲਕੋਨੀ, ਬਹੁਤ ਸੋਹਣਾ ਵਿਊ ਹੈ ਬਾਲਕੋਨੀ ਦਾ। ਟਾਈਮ ਹੋ ਗਿਆ ਪੂਰਾ ਵੈਸੇ, ਅਤੇ ਜਲਦੀ ਜਲਦੀ ਕੁਛ ਖਾਈਏ। ਇੰਡੀਅਨ ਬ੍ਰੇਕਫਾਸਟ ਜੂਸ, because there are so many police in case if you just drop some kind of the ash or the trash there, they're gonna fine you 2000 baht in Thai baht, okay? And don't on the floor also. Well, ਅੱਜ ਦਾ ਵਲੌਗ ਸ਼ੂਟ ਕਰਾਂਗੇ ਆਪਾਂ GoPro ਦੇ ਨਾਲ, ਕਿਉਂਕਿ ਆਪਾਂ ਕਰਨੀਆਂ ਹੈ ਵਾਟਰ ਐਕਟੀਵਿਟੀਜ਼। ਅਤੇ ਧੁੱਪ ਬਹੁਤ ਹੈ ਯਾਰ, ਉਹਦਾ ਬਿਨਾਂ ਸ਼ੇਡਸ ਤੋਂ ਅੱਖਾਂ ਨਹੀਂ ਖੁੱਲਦੀਆਂ। ਉਹਦਾ ਮੌਸਮ ਠੰਡਾ ਹੈ, ਉਹਦਾ ਧੁੱਪ ਜ਼ਿਆਦਾ ਆਇਆ ਜੀ। ਪਤਾਇਆ ਸਿਟੀ ਇੱਧਰ ਥੋੜ੍ਹਾ ਜਿਹਾ ਹਿੱਲ ਏਰੀਆ ਜਿਹਾ ਆ ਜਾਂਦਾ ਇੱਧਰਲੀ ਸਾਈਡ। चलो चलो, थैंक यू। नो नो थैंक यू। 50 baht. ਇਦਾਂ ਮਾਰਕ ਲਾ ਦਿੰਦੇ ਆ ਕਿ ਇਹ ਸਾਡਾ ਬੰਦਾ, ਢੱਕ ਕੇ ਰੱਖਦੇ ਯਾਰ ਆਪਣੇ ਆਪ ਨੂੰ ਪੂਰਾ। ਕੋਈ ਮਜ਼ਾ ਆਉਂਦਾ, ਦੋਈ ਨੂੰ ਪਸੀਨਾ ਵੀ ਆ ਰਿਹਾ। ਚਲੋ ਕਿੱਥੇ ਚੱਲੇ ਹੁਣ, ਕਿੱਥੇ ਚੱਲੇ? ਰੋਈ ਚੱਲਾ ਹੁਣ ਕੋਰਲ ਆਈਲੈਂਡ, ਕੋਰਲ ਰੋਈ ਦੀ ਕੈਬ 'ਤੇ ਚ ਆ ਗਈ।
पूरा झूलता है, पूरा झूलता है। जाने गाई बाई का कंट्रोल भी है नहीं ना वैसे। ओ आंटी होनी चले ओ देखी फस गया फस गया, सारी लाइन ही तोड़ दी। ਸ਼ਾਹ ਬਾਬਾ ਕਰਦੀ ਆ ਕਿਲਰ ਗਿਆ ਕਿਲਰ ਗਿਆ ਜ਼ਰਾ। Thank you.
ਐਡ ਕਰਦਾ ਜਾ ਰਿਹਾ ਹੈ ਸਰਵਾਈਕਲ ਠੀਕ ਕਰ ਦੂ ਬੰਦੇ ਦੀ ਉਹ ਇੰਨੀ ਟੈਟ ਬੰਦ ਹੁੰਦੇ ਏਅਰ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਜਿਹੜੀ ਡਿਪ ਸੀਗੀ ਉਹਨਾਂ ਨੇ ਬੰਦ ਕਰ ਦਿੱਤੀ ਆ ਵਧੀਆ ਡਿਪ ਬੰਦੇ 'ਚ ਪਾਣੀ ਡਿਪ ਬੰਦ ਕਰ ਦਿੱਤੀ ਇਹਨਾਂ ਨੇ ਅਤੇ ਵਧੀਆ ਕੋਈ ਗੱਲ ਨਹੀਂ ਆਪਾਂ ਇੱਦਾਂ ਹੀ ਕਰਾਂਗੇ ਰਜ਼ੋਈ ਹੋ ਗਈ ਹੋਈ ਆ ਕਿੰਨੇ ਟਾਈਮ ਲੱਗ ਗਿਆ ਉੱਦਾਂ ਤਾਂ ਹੈ ਤਾਂ 5 ਮਿੰਟ ਦੀ ਰਾਈਡ ਆ ਇਹ ਬਟ ਵੇਟਿੰਗ ਨੂੰ ਬਹੁਤ ਟਾਈਮ ਲੱਗਦਾ ਉਹ ਖਲਾ ਪਾਤਾ ਬਾਈ ਨੇ ਸਾਰਾ ਕੰਟਰੋਲ 'ਚ ਨਹੀਂ ਆ ਰਿਹਾ ਕੰਮ ਡੈਡੀ ਕਰੀ ਜਾਂਦੇ ਯਾਰ ਚੜਾਉਂਦੇ ਨਹੀਂ ਘੰਟਾ ਹੋ ਗਿਆ ਟੂ ਮੱਚ ਹੈਲੋ From yeah, you landing on my fan. What? Landing safety. For okay, you. Safety for safety, safety. ਕਰਨਾ ਕੀ ਯਾਰ ਬਹੁਤ ਟਾਈਮ ਹੁੰਦਾ ਟਾਈਮ ਬਹੁਤ ਵੇਸਟ ਹੁੰਦਾ ਰਾਈਡ 5 ਮਿੰਟ ਦੀ ਆ ਬਟ 1.5 ਘੰਟਾ ਹੋ ਗਿਆ ਖੜ੍ਹੇ ਨੂੰ ਯਾ ਯੂਟਿਊਬ ਯੂਟਿਊਬ ਓ ਵੈਰੀ ਗੁੱਡ ਬਤਾਇਆ ਦੇ ਵਿੱਚ ਬਹੁਤ ਸਪੀਡ ਹੈ ਯਾਰ ਬਹੁਤ ਹਵਾ ਆ ਉੱਪਰ ਸੈਕਿੰਡ ਟਾਈਮ ਆਪਾਂ ਕਰ ਰਹੇ ਹਾਂ ਮੈਂ 2016 ਦੇ ਵਿੱਚ ਫਸਟ ਟਾਈਮ ਕੀਤੀ ਸੀਗੀ ਅਤੇ ਇਹਨਾਂ ਨੂੰ ਐਤਕੀ ਡਿਪ ਹਵਾ ਤੇਜ਼ ਹੋਣ ਕਰਕੇ ਡਿਪ ਨਹੀਂ ਕੀਤੀ ਬਹੁਤ ਤੇਜ਼ ਹਵਾ ਯਾਰ ਬਹੁਤ ਜ਼ਿਆਦਾ ਤੇਜ਼ ਆ ਤੇਰਾ ਭਲਾ ਹੋ ਜੇ ਸੀ ਇੰਨਾ ਸੋਹਣਾ ਲੱਗਦਾ ਨਾ ਤੁਹਾਨੂੰ ਦਿਖਾਉਣਾ ਮੈਂ ਚੈੱਕ ਕਰੋ ਸੀ ਥੱਲੇ ਬਾਹਾਂ ਥੱਕ ਗਈਆਂ ਭਰਾਵਾ ਓਕੇ ਆਂਟੀ ਜੀ ਦੈਟਸ ਗੁੱਡ ਐਕਸਪੀਰੀਅੰਸ